ਤੋਂ ਮਸ਼ਕੂਰ ਆ ਜਦੋਂ ਜਦੋਂ 1100 ਰੁਪਈਆ ਆਉਂਦਾ ਹੁੰਦਾ ਨਾ ਆਪਦੀ ਆਪ ਖੁੱਲ ਕੇ ਜ਼ੋਰਦਾਰ ਤਾੜੀ ਲਗਾ ਦਿਆ ਕਰੋ ਜ਼ੋਰਦਾਰ ਤਾੜੀ ਲਗਾਓ ਜ਼ੋਰਦਾਰ ਤਾੜੀ ਬੜੀ ਮਿਹਰਬਾਨੀ ਥੈਂਕ ਯੂ ਤੇ ਚੰਨ ਪੁੰਨਿਆਂ ਦਾ ਫਿੱਕਾ ਪੈ ਜਾਵੇ ਉਸ ਰਾਤ ਦੇ ਕੋਠੇ ਤੇ ਖੜੀ ਹੋਵੇ ਚੰਨ ਪੁੰਨਿਆਂ ਦਾ ਫਿੱਕਾ ਪੈ ਜਾਵੇ ਉਸ ਰਾਤ ਦੇ ਕੋਠੇ ਤੇ ਖੜੀ ਹੋਵੇ ਤੇਰਾ ਹੁਸਨ ਹੋਵੇ ਸਾਡਾ ਇਸ਼ਕ ਹੋਵੇ ਤੂੰ ਰੱਬ ਕਰਕੇ ਵਸਲ ਦੀ ਕੜੀ ਹੋਵੇ ਤੇਰਾ ਪਿਆਰ ਹੋਵੇ ਸੁੱਚੇ ਨਗ ਵਰਗਾ ਤੇਰਾ ਪਿਆਰ ਹੋਵੇ ਸੁੱਚੇ ਨਗ ਵਰਗਾ ਸਾਡੇ ਦਿਲ ਦੀ ਮੁੰਦਰੀ ਚੜੀ ਹੋਵੇ ਸਾਡਾ ਦੇਵੇਂ ਦੇ ਕਿਤੇ ਪਿਆਰ ਵਾਲੀ ਕਹਿੰਦੀ ਮੈਂ ਤੇ ਤੂੰ ਹੱਥ ਕੜੀ ਹੋਵੇ ਕਹਿੰਦੀ ਮੈਂ ਤੇ ਤੂੰ ਹੱਥ ਕੜੀ ਹੋਵੇ ਆਓ ਫਿਰ ਅਗਲੇ ਖੂਬਸੂਰਤ ਗੀਤਾਂ ਨੇ ਉਸੇ ਤਰ੍ਹਾਂ ਖੂਬਸੂਰਤ ਆਵਾਜ਼ਾਂ ਤੁਹਾਡੀ ਨਜ਼ਰ ਹਰਜੀਤ ਸਿੱਧੂ ਔਰ ਪ੍ਰਵੀਨ ਦਰਦੀ ਚ ਮਿਹਰਬਾਨੀ ਸ਼ੁਕਰੀਆ ਬਹੁਤ ਸਾਰਾ ਪਿਆਰ ਸਤਿਕਾਰ ਸੇਖੋ ਕਿਉਂਕਿ ਪਿੰਡ ਦੇ ਵਿੱਚ ਵੀ ਬੜਾ ਇਤਫਾਕ ਆ ਰੱਬ ਤੁਹਾਨੂੰ ਰਾਜੀ ਰੱਖੇ ਜੱਗਾ ਸਿੰਘ ਵੱਲੋਂ ਥੈਂਕ ਯੂ ਜੀ ਮਿਹਰਬਾਨੀ ਸ਼ੁਕਰੀਆ ਬਾਈ ਜੀ ਇਹ ਤੁਹਾਡਾ ਮਾਣ ਸਤਿਕਾਰ ਆ ਤੁਹਾਡਾ ਪਿਆਰ ਆ ਬਹੁਤ ਸਾਰਾ ਪਿਆਰ ਸਤਿਕਾਰ ਤੁਹਾਡੇ ਸਾਰਿਆਂ ਵੱਲੋਂ ਥੈਂਕ ਯੂ ਇਸੇ ਤਰ੍ਹਾਂ ਹੀ ਤੁਸੀਂ ਤਰੱਕੀਆਂ ਕਰੋ ਰੱਬ ਤੁਹਾਡੇ ਤੇ ਮਿਹਰ ਭਰੇ ਹੱਥ ਰੱਖੇ ਜਿਉਂਦੇ ਵਸਦੇ ਰਹੋ ਮੌਜਾਂ ਮਾਣੋ ਇਸੇ ਤਰ੍ਹਾਂ ਖੇਡ ਮੇਲੇ ਲਾਉਂਦੇ ਰਹੋ ਲਓ ਬਿਲਕੁਲ ਨਵਾਂ ਗੀਤ ਖੰਡ ਦੀ ਪੁੜੀ ਲੈਫਟ 2 ਦੇ ਵਿੱਚੋਂ ਨਹੀਂ ਤੂੰ ਖੇਤੀ ਜੋਗਾ ਛੱਡ ਦੇ ਜੱਟਾਂ ਦੇ ਪੁੱਤਰ ਅਸੀਂ ਛੱਡ ਕੇ ਪੜਾਈਆਂ ਨੀ ਰਹੇ ਕਰਦੇ
ਕੁੜੀਆਂ ਦੇ ਵਿੱਚ ਨਹੀਂ ਨਖਰੇ ਕਰੇ ਤੂੰ ਜਦੋਂ ਕੁੜੀਆਂ ਦੇ ਵਿੱਚ ਨਹੀਂ ਹੱਥ ਪਾ ਕੇ ਸੀਨੇ ਵਿੱਚੋਂ ਲੈਂਦੀ ਤਿਲਕ ਖਿੱਚਣੇ ਨਖਰੇ ਕਰੇ ਤੂੰ ਜਦੋਂ ਕੁੜੀਆਂ ਦੇ ਵਿੱਚ ਨਹੀਂ ਹੱਥ ਪਾ ਕੇ ਸੀਨੇ ਵਿੱਚੋਂ ਲੈਂਦੀ ਤਿਲਕ ਖਿੱਚਣੀ ਰੂਹ ਤੇਰੇ ਵਿੱਚ ਰਹਿੰਦੀ ਜਦੋਂ ਨਜ਼ਰੀ ਨਾ ਪੈਂਦੀ ਰੂਹ ਤੇਰੇ ਵਿੱਚ ਰਹਿੰਦੀ ਜਦੋਂ ਨਜ਼ਰੀ ਨਾ ਪੈਂਦੀ ਤੇਰੇ ਵਿੱਚ ਰਹਿੰਦੀ ਜਦੋਂ ਨਜ਼ਰੀ ਨਾ ਪੈਂਦੀ ਯਾਰ ਫਿਰਦੇ ਆ ਚੱਕੀ ਦੀ ਮਿੱਟੀ ਦੇ ਬੁੱਤ ਨੂੰ ਫਿਰਦੇ ਆ ਚੱਕੀ ਦੀ ਮਿੱਟੀ ਦੇ ਬੁੱਤ ਨੂੰ ਨੀ ਤੂੰ ਖੇਤੀ ਜੋਗਾ ਖੇਤੀ ਜੋਗਾ ਛੱਡ ਦੇ ਖੇਤੀ ਜੋਗਾ ਛੱਡ ਦੇ ਛੱਡ ਦੇ ਜੱਟਾਂ ਦੇ ਪੁੱਤ ਨੂੰ ਬੇਤੂੰ ਟੂਣੇ ਹਾਰੀ ਅੱਖ ਦਾ ਨਹੀਂ ਜੱਟ ਲੈ ਰੁਮਾਲ ਆਪਣਾ ਲਾ ਕੇ ਗੱਲ ਤੋਂ ਫੜਾ ਦੇ ਸਾਡੇ ਜਦੋਂ ਟੁੱਟ ਜਾਂਦੀ ਹੈ ਫਿਰ ਮੋੜ ਮੜਾਈ ਹੋ ਜਾਂਦੀ ਹੈ ਤੁਸੀਂ ਜਾਣਦੇ ਹੋ ਸਾਰੇ ਕੋਈ ਗੱਲ ਨੀ ਬਹਿ ਜਾਓ ਮੇਰਾ ਵੀਰ ਬਹਿ ਜਾਓ ਬਹੁਤ ਸੋਹਣਾ ਅਰੇਂਜਮੈਂਟ ਆ ਰੱਬ ਤੁਹਾਨੂੰ ਸਾਰਿਆਂ ਨੂੰ ਰਾਜ਼ੀ ਰੱਖੇ ਜਿੱਥੇ ਜਿੱਥੇ ਵੀ ਬੈਠੇ ਹੋ ਥੱਲਾ ਥੱਲੇ ਲੱਗੇ ਚੰਗਾ ਲੱਗਦਾ ਮਿਹਰਬਾਨੀ ਸ਼ੁਕਰੀਆ ਚੱਕ ਲੋ ਰੱਬ ਦਾ ਨਾਂ
ਦਾ ਪੂਰਾ ਸਾਲ ਨਹੀਂ ਮਾਰ ਮਾਰ ਗੇੜੇ ਮੇਰਾ ਹੋਇਆ ਬੁਰਾ ਹਾਲ ਨਹੀਂ ਕਰਦੀ ਵਿਖਾਵੇ ਸਾਡੇ ਉਮਰਾਂ ਦੇ ਦਾਵੇ ਨੀ ਤੂੰ ਹਰ ਵੇਲੇ ਖੇਡਦੀ ਸ਼ੈਤਾਨੀ ਹਰ ਵੇਲੇ ਖੇਡਦੀ ਸ਼ੈਤਾਨੀ ਨੀ ਚੱਕ ਲਹਿਰ ਮਾਰੇ ਆਪਣਾ ਲਾ ਕੇ ਗਾਲੇ ਕਿਉਂ ਕੀ ਗਾਲੇ ਤੋਂ ਫੜਾ ਦੇ ਸਾਡੀ ਗਾਨੀ ਨੀ ਚੱਕ ਲੈ ਰੁਮਾਲ ਆਪਣਾ ਲਗਾਓ ਜੀ ਖੁੱਲ ਕੇ ਜ਼ੋਰਦਾਰ ਤਾੜੀ ਬੈਠੀ ਉੱਤੇ ਕੀਤਾ ਹੋਇਆ ਵਾਰ ਮਾਰ ਜਾਂਦਾ ਹੈ ਬਹੁਤਾ ਜ਼ਿਆਦਾ ਕੀਤਾ ਐਤਬਾਰ ਮਾਰ ਜਾਂਦਾ ਹੈ ਬੈਠੀ ਉੱਤੇ ਕੀਤਾ ਹੋਇਆ ਵਾਰ ਮਾਰ ਜਾਂਦਾ ਹੈ ਬਹੁਤਾ ਜ਼ਿਆਦਾ ਕੀਤਾ ਐਤਬਾਰ ਮਾਰ ਜਾਂਦਾ ਹੈ ਕਦੇ ਮਾਰ ਜਾਂਦਾ ਹੈ ਪਿਆਰ ਇੱਕ ਤਰਫਾ ਕਦੇ ਦੇਰ ਨਾਲ ਕੀਤਾ ਇਜ਼ਹਾਰ ਮਾਰ ਜਾਂਦਾ ਹੈ ਇਹ ਜ਼ਿੰਦਗੀ ਵਾਂਗ ਕਬੂਤਰ ਦੇ ਲੋਕ ਹੱਥਾਂ 'ਤੇ ਚੋਗ ਚਗਾਉਂਦੇ ਨੇ ਇਹ ਜ਼ਿੰਦਗੀ ਵਾਂਗ ਕਬੂਤਰ ਦੇ ਲੋਕ ਹੱਥਾਂ 'ਤੇ ਚੋਗ ਚਗਾਉਂਦੇ ਨੇ ਪਹਿਲਾਂ ਆਪਣਾ ਬਣਾ ਕੇ ਰੱਖਦੇ ਨੇ ਫਿਰ ਤਾੜੀਆਂ ਮਾਰ ਅਡਾਉਂਦੇ ਨੇ ਤੋ ਲਾ ਕੇ ਗੱਲ 'ਚੋਂ ਫੜਾ ਦੇ ਸਾਡੀ ਕਹਾਣੀ ਖੁਸ਼ੂ ਦੁਆਣਾ ਤੁਹਾਡੀ ਨਜ਼ਰ ਕੀਤਾ ਗਿਆ ਤੋ ਦੁਆਰਾ ਫਿਰ ਦਹਿਲ ਤੋਂ ਮੁਬਾਰਕਬਾਦ ਨੇ ਖਾਸ ਤੌਰ 'ਤੇ ਸਮੁੱਚੀ ਪ੍ਰਬੰਧਕ ਕਮੇਟੀ ਨੂੰ ਸਪੋਰਟਸ ਐਂਡ ਵੈਲਫੇਅਰ ਕਲੱਬ ਨੂੰ ਜੀ ਕੁਝ ਨਾਮ ਸਾਡੇ ਤੋਂ ਮਿਸਟੇਕ ਹੋ ਗਈ ਸੀ ਜੋ ਸਾਡੇ ਕੋਲ ਨਹੀਂ ਪਹੁੰਚੇ ਸੀ ਹੁਣ ਪਹੁੰਚਣੇ ਤੋਂ ਨਾਲ ਮੁਬਾਰਕਬਾਦ ਨਾਲ ਸੌਰੀ ਫੀਲ ਕਰਦੇ ਅਸੀਂ ਜੋ ਨਾਮ ਰਹਿ ਗਏ ਸੀ ਤੋ ਦੁਆਰਾ ਫਿਰ ਮੁਬਾਰਕਬਾਦ ਨਿਰਮਲ ਸਿੰਘ ਜੀ ਸੇਖੋਂ ਪ੍ਰਧਾਨ ਸਾਹਿਬ ਔਰ ਸੇਖੋਂ ਜੀ ਔਰ ਬਹੁਤ ਸਾਰਾ ਪਿਆਰ ਸਾਡੇ ਕੋਲ ਪਹੁੰਚੇ ਨਿਰਮਲ ਸੇਖੋਂ ਜੀ ਪ੍ਰਧਾਨ ਸਾਹਿਬ ਉਹਨਾਂ ਦੇ ਬਰਾਦਰ ਸੂਰਜ ਸਿੰਘ ਜੀ ਸੇਖੋਂ ਸਾਹਿਬ ਸਪੈਸ਼ਲ 11-11 ਸੌ ਰੁਪਏ ਨਾ ਪਹੁੰਚਿਆ ਤਾਂ ਉਹਨਾਂ ਤੋਂ ਮਸ਼ਹੂਰ ਆ ਔਰ ਸਾਡੇ ਪ੍ਰਵੀਰ ਭਾਜੀ ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਪਹੁੰਚਿਆ ਇਕਬਾਲ ਸਿੰਘ ਜੀ ਕਿੱਲਿਆਂ ਵੱਲ ਉਹਨਾਂ ਵੱਲੋਂ ਸਪੈਸ਼ਲ ਇਨਾਮ ਪਹੁੰਚਣੇ ਤਾਂ ਉਹਨਾਂ ਤੋਂ ਮਸ਼ਹੂਰ ਆ ਔਰ ਇੱਕ ਜ਼ਰੂਰੀ ਅਨਾਊਂਸਮੈਂਟ ਹੈ ਜੀ ਖਾਸ ਤੌਰ 'ਤੇ 70 ਕਿਲੋ ਕਬੱਡੀ ਟੀਮਾਂ ਨੂੰ ਹਾਏ ਹਾਏ ਵਾਰੀ ਵਛਾਏ ਪਏ ਹੋ ਇੱਕ ਜ਼ੋਰਦਾਰ ਤਾੜੀ ਲਗਾਓ ਸਾਡੇ ਸਤਿਕਾਰਯੋਗ ਭਾਜੀ ਹੋਣਾ ਜੀ ਹਰਜੀਤ ਚਿੱਤਰਕਾਰ ਜੀ ਥੋੜ੍ਹਾ ਜਿਹਾ ਇੱਧਰੋਂ ਸਾਰੇ ਮੇਲਾ ਪ੍ਰੇਮੀਆਂ ਵੱਲ ਨੂੰ ਕਰਦੇ ਸਰੋਤਿਆਂ ਵੱਲੋਂ ਤੋ ਇਹਨਾਂ ਨੇ ਸੁਨੇਹਾ ਆਪਾਂ ਹਰਜੀਤ ਭਾਜੀ ਨੂੰ ਭੇਟ ਕਰ ਰਹੇ ਨੇ ਜ਼ੋਰਦਾਰ ਤਾੜੀ ਲਗਾਓ ਇਹਨਾਂ ਲਈ ਜ਼ੋਰਦਾਰ ਤਾੜੀ ਖੁੱਲ ਕੇ ਜ਼ੋਰਦਾਰ ਤਾੜੀ ਬਾਜੀ ਵਾਹ ਇੱਕ ਯਾਦਗਾਰੀ ਨਾਲ ਦੇਣਾ ਸਨੈਪ ਜੀ ਸ਼ੁਕਰਗੁਜ਼ਾਰ ਆ ਜੀ ਤੋ ਕਲਾ ਵਾਕਿਆ ਜੀ ਆਰਟ ਹੈ ਕੋਈ ਵੀ ਕਲਾ ਪਰਮਾਤਮਾ ਵੱਲੋਂ ਬਖਸ਼ੀ ਜਾਂਦੀ ਹੈ ਔਰ ਪਰਮਾਤਮਾ ਹੋਰ ਇਹਨਾਂ ਨੂੰ ਤਰੱਕੀਆਂ ਦੇਵੇ ਸਾਡੇ ਵੱਲੋਂ ਇਹ ਅਰਦਾਸ ਅਦਾ ਤੱਕ ਦੇ ਚੰਨ ਵਿੱਚ ਨਾਲ ਥੈਂਕਸ ਕਰਦੇ ਜੀ ਹਰਜੀਤ ਭਾਜੀ ਹੋਣ ਵੱਲੋਂ ਔਰ ਪੂਰੀ ਆਪਣੀ ਸੰਗੀਤਕ ਫੈਮਿਲੀ ਵੱਲੋਂ ਜੀ ਤੈਨੂੰ ਤੋਂ ਮਸ਼ਹੂਰ ਬੜੀ ਮਿਹਰਬਾਨੀ ਔਰ ਜ਼ਰੂਰੀ ਅਨਾਊਂਸਮੈਂਟ ਹੈ ਜੀ 70 ਕਿਲੋ ਕਬੱਡੀ ਟੀਮਾਂ ਨੂੰ ਕਿ ਉਹਨਾਂ ਨੇ ਜਾਣਾ ਨਹੀਂ ਇਸ ਰੰਗਾ ਰੰਗ ਪ੍ਰਵਾਹ ਤੋਂ ਬਾਅਦ ਮੈਚ ਹੋਣੇ ਨੇ 70 ਕਿਲੋ ਕਬੱਡੀ ਟੀਮਾਂ ਨੂੰ ਗੁਜ਼ਾਰਿਸ਼ ਹੈ ਕਿ ਕਿਸੇ ਵੀ ਖਿਡਾਰੀ ਨੇ ਜਾਣਾ ਜਿਨ੍ਹਾਂ ਵੀ ਟੀਮਾਂ ਦੀ ਐਂਟਰੀ ਪਹੁੰਚੀ ਹੋਈ ਹੈ ਤੋ 70 ਕਿਲੋ ਦੇ ਮੈਚ ਹੈ ਇਸ ਰੰਗਾ ਰੰਗ ਪ੍ਰਵਾਹ ਤੋਂ ਬਾਅਦ ਕਰਵਾਏ ਜਾਣਗੇ ਤੋ ਇਹ ਪ੍ਰਬੰਧਕ ਵੀਰਾਂ ਵੱਲੋਂ ਬੇਨਤੀ ਹੈ ਕਿਸੇ ਵੀ ਖਿਡਾਰੀ ਨੇ ਕਿਸੇ ਵੀ ਟੀਮ ਨੇ ਜਾਣਾ ਨਹੀਂ 70 ਕਿਲੋ ਟੀਮਾਂ ਨੂੰ ਬੇਨਤੀ ਹੈ ਗੁਜ਼ਾਰਿਸ਼ ਹੈ ਔਰ ਬਹੁਤ ਸਾਰਾ ਸਤਿਕਾਰ ਸਾਡੇ ਕੋਲ ਪਹੁੰਚੇ ਜੀ ਇਨਾਮ ਪਹੁੰਚ ਰਹੇ ਨੇ ਤੁਹਾਨੂੰ ਤੋਂ ਸ਼ੁਕਰਗੁਜ਼ਾਰ ਬਹੁਤ ਸਾਰਾ ਪਿਆਰ ਔਰ ਦੇਵ ਸਿੰਘ ਜੀ ਮੈਂਬਰ ਸਾਹਿਬ ਆ ਬਹੁਤ ਸਾਰਾ ਸਤਿਕਾਰ ਬਹੁਤ ਸਾਰੀ ਮੁਹੱਬਤ ਪਹੁੰਚੀ ਸਪੈਸ਼ਲੀ ਇਨਾਮ ਪਹੁੰਚਣੇ ਤੁਹਾਨੂੰ ਤੋਂ ਮਸ਼ਕੂਰ ਬੜੀ ਮਿਹਰਬਾਨੀ ਜੀ ਸ਼ੁਕਰਗੁਜ਼ਾਰ ਹੈ ਤੇ ਮੁਰਜ਼ਾਏ ਦੇ ਫੁੱਲਾਂ ਨੂੰ ਸਜਾਇਆ ਨਹੀਂ ਜਾਂਦਾ ਟੁੱਟੇ ਹੋਏ ਦਿਲਾਂ ਨੂੰ ਹਾਸਾਇਆ ਨਹੀਂ ਜਾਂਦਾ ਮੁਰਜ਼ਾਏ ਦੇ ਫੁੱਲਾਂ ਨੂੰ ਸਜਾਇਆ ਨਹੀਂ ਜਾਂਦਾ ਟੁੱਟੇ ਹੋਏ ਦਿਲਾਂ ਨੂੰ ਹਾਸਾਇਆ ਨਹੀਂ ਜਾਂਦਾ ਬਣਨ ਵਾਲੇ ਤੇ ਆਪਣੀ ਆਪ ਬਣ ਜਾਂਦੇ ਨੇ ਜ਼ਬਰਦਸਤੀ ਕਿਸੇ ਨੂੰ ਬਣਾਇਆ ਨਹੀਂ ਜਾਂਦਾ ਤੋ ਚਿੱਤਰਕਾਰ ਜੀ ਉਹਨਾਂ ਦੇ ਦੁਆਰਾ ਫਿਰ ਤਹਿ ਦਿਲ ਤੋਂ ਧੰਨਵਾਦ ਕਰਾਂਗੇ ਜਿਨ੍ਹਾਂ ਵੱਲੋਂ ਹਰਜੀਤ ਪਾਣੀ ਉਹਨਾਂ ਲਈ ਸਨੈਪ ਜਾਣੀ ਕਿ ਹੱਥਾਂ ਨਾਲ ਤਿਆਰ ਕੀਤੀ ਹੈ ਕਲਮ ਨਾਲ ਤਿਆਰ ਕੀਤੀ ਹੋਈ ਇੱਕ ਕਲਾ ਆਰਟ ਜੋ ਦਿਖਾਇਆ ਗਿਆ ਇਸ ਸਨੈਪ ਦੇ ਵਿੱਚ ਮਸ਼ਹੂਰ ਹੈ ਜੀ ਬੜੀ ਮਿਹਰਬਾਨੀ ਤਾਂ ਅਗਲੇ ਖੂਬਸੂਰ ਗੀਤਾਂ ਰਾਹੀਂ ਉਸੇ ਤਰ੍ਹਾਂ ਖੂਬਸੂਰਤ ਆਵਾਜ਼ਾਂ ਤੁਹਾਡੀ ਨਜ਼ਰ ਹਰਜੀਤ ਸਿੱਧੂ ਔਰ ਪ੍ਰਵੀਨ ਦਰਦੀ ਜੀ ਮਿਹਰਬਾਨੀ ਸ਼ੁਕਰੀਆ ਸਾਡਾ ਹਰਜੀਤ ਮੇਰਾ ਵੀਰ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਰੱਬ ਤੈਨੂੰ ਰਾਜ਼ੀ ਰੱਖੇ ਤੇਰੀ ਕਲਾ ਨੂੰ ਸਲਾਮਾਂ ਹੁੰਦੀਆਂ ਲਓ ਪਿਛਲੇ ਸਾਲ ਮੇਰਾ ਗੀਤ 2 ਕੁ ਰੋਟੀਆਂ ਲਾਹਦੇ ਨੇ ਭਈਆ ਘੱਲ ਦੇ ਬੰਬੀ ਤੇ ਮੈਂ ਟਰੈਕਟਰ ਵੇਚਣ ਜਾਣਾ ਮੌਕੇ ਮੰਡੀ ਚਾਚੀ ਮੈਂ ਮਗਰੋਂ ਪੁਛਤਾਇਆ ਉਹ ਵੀ ਲਾ ਕੇ ਜਾਵਾਂਗੇ ਸਾਰੀਆਂ ਫਰਮਾਇਸ਼ਾਂ ਕਰਨ ਵਿੱਚ ਤੁਹਾਨੂੰ ਨਜ਼ਰ ਕਰਨੀ
क्योंकि तुम जानते हो सारे मोगा मंडी खास करके ट्रैक्टर लिए बड़ी मशहूर आ पुराने तो पुराना ट्रैक्टर उतों मिल जाता पर उ भाई जी तुम्हें पता उ धोखा भी बहुत होंगे अपने जट भरावान कई बार बंदे पता ही नहीं लगता एक ट्रैक्टर खड़ा खड़ा तीजे था बिक जाता सही गल से आप खड़े कन जहाँ खुरकी जाते रहते भी पता नहीं साढ़े ट्रैक्टर के गाह की नहीं लगे लो बई को आदत ट्रैक्टर बेचण की बार बार लिया तो घर वाली रोकती है घर वाली कहती भले लोग तू रह ले भी आप ट्रैक्टर बेचण चलना हूं शेरा हाँ जी हुक्म करो हुक्म चल फिर मार सिर्फ चलिए मोगे नू चल गए जी चल गए मैं तो रात ही चमका के खड़ाता सी रात ही अच्छा पर थोड़ा जा औखा चमकिया कार ला के दो ना पुकी दे फिर चमकिया अच्छा अच्छा हाँ चमकाया खड़ा जी चमकाया रेडी किया खड़ा अपना चल गया जी फिर अपना चल वड़ दे यार जुकड़ी गल है चल मार सिर्फ आए चल वही राजा भाई असल चमकाया कह जा तेरा भाई हुण मेरा की कसूर है यार ठंड इन्नी हो सकदी तैनूं मैं 20 बार क्या कार्ड कोड लाउणा ही छड्ड दे इहनूं सोफी चमकाया कर पानी पा देना तू देर मार सिर्फ एक बार आप दोबारा ट्राई कर लैणे एड्डी कित्ती गल लवीरा जिद्दां लिख दे करता ओही काम भाई हुण मैं की करां यार ठंड आ हुण हो गया हुण मन मटा इधर उधर वैसे ना छाती छाती जाम होई लगदी है जी छाती तक सुख ने मेरी भी जाम हो गई सी हुण सुख ना ठीक है ट्रैक्टर दी छाती जाम भी हो गई होगी पर एक गल जरूर मैं ना रात सोची जांदा सी आहो भी आपां जदों ट्रैक्टर बेच के आउणे जां लैके आउणे आ बेच के भी आउणे आ सालां दी राह चो खासे वाली बोतल दा फड़ लैणे कदे 10 रुपया दा प्रसाद ही लिया आपां ते ओह कंजरा कीने लैणा हुण खासा लै लैणे उंदों बाद प्रसाद जो करेंदे नहीं आपां इक्को चीज ही लैंगा फिर नहीं कहण दा मतलब आ भी बापू अपना कहिंदा हुंदा पुत मत्था मत्था टेक के जाया करो अरदास बेनती करके तुरिया करो भी कहण दा मतलब आपां रब दा नाम लैके ट्रैक्टर रब दा नाम बिल्कुल तेरी गल सही है इन्हां चो तां नहीं किसे ने शरारत करती किते नहीं सिखों साहब निर्मल भाजी प्रधान साहब इदां दे लगदे तां है नहीं वैसे ट्रैक्टर लिया तां इन्हां तों ही सी आपां ट्रैक्टर लगदा माड़ा देता सिखों साहब चलो कोई गल नहीं सिखों साहब तों 1000 रुपया लै ला 1000 ना कहिंदा ट्रैक्टर आ जू होर रोटियां ला दे भैया कल दे बंबी ते Oh
ਸਵਰਾਜ ਪਿੱਲੋ ਨਾਟਕਿਆਂ ਨਾਲ ਵੇਚ ਲੈ ਲਿਆ ਸੀ ਸਵਰਾਜ ਪਿੱਲੋ ਇਉਂ ਲੱਗਦਾ ਅੱਜ ਵੀ ਕਚੂਏ ਦਾ ਬੜਾ ਰਿਵਾਜ ਪਿੱਲੋ ਟਾਪਗੇਰ ਵਿੱਚ ਪਾਇਆ ਨੇ ਖੜਕੇ ਵੇਖੀ ਨੰਦੀ ਤੇ ਖਰਚ ਨਹੀਂ ਕੀਤਾ ਅੱਜ ਤੱਕ ਕੀ ਬਚਾਇਆ ਤੂੰ ਪੈਲੀ ਉੱਤੇ ਚੱਕਿਆ ਕਰਜ਼ਾ ਉਹ ਨਾ ਲਾਇਆ ਤੂੰ ਇਹਦਾ ਮਤਲਬ ਮੈਂ ਕਰਜ਼ਾ ਲਾਇਆ ਹੀ ਨਹੀਂ ਲਾਇਆ ਤੇ ਨਹੀਂ ਲਾਇਆ ਹੁਣ ਕਰਜ਼ਾ ਲਾਇਆ ਹੀ ਨਹੀਂ ਆਲਮ ਵਾਲਿਓ ਮੈਂ ਤਾਂ ਇਹਦਾ ਮਤਲਬ ਯਾਰ ਮੈਂ ਕਰਜ਼ਾ ਲਾਇਆ ਹੀ ਨਹੀਂ ਕਿੱਥੇ ਲਾਉਣਾ ਮਰ ਜਾਣਾ ਸਿਰੇ ਦਾ ਪਛਾਣ ਹੋਇਆ ਪਿਆ ਤੂੰ ਓਏ ਤਾਂ ਦਸ ਦਸ ਦਾ ਪਲੈਨ ਨਹੀਂ ਲਾਉਂਦਾ ਕਰਜ਼ਾ ਕਿੱਥੇ ਲਾਉਣਾ ਨੇ ਨਰਮਿਨ ਮੱਛਰ ਖਾ ਗਿਆ ਆਹੋ ਆ ਪੁੱਛ ਕੇ ਦੇਖ ਲੈ ਜਿਹਨਾਂ ਦਾ ਨਰਮਾ ਬੀਜਿਆ ਸੀ ਨਰਮਿਨ ਨੂੰ ਤਾਂ ਮਤਲਬ ਡੇਂਗੂ ਹੋ ਗਿਆ ਆਹੋ ਮੈਂ ਲਾ ਦੂ ਪਹਿਲਾਂ ਪੂਰੀ ਗੱਲ ਸੁਣ ਲਿਆ ਕਰ ਸਰੂਰ ਚ ਆਈ ਜਾਂਦਾ ਮੈਨੂੰ ਮੈਂ ਕਰਜ਼ਾ ਤੇਰੇ ਲਾਂਭੇ ਸਾਰੇ ਮੈਂ ਲਾ ਦੇਣੇ ਤੈਨੂੰ ਮੈਂ ਦੱਸ ਦੇਣਾ ਐਤਕੀ ਹਾਂ ਤੇਰੇ ਸਾਰੇ ਲਾਂਭੇ ਲਾ ਦੇਣੇ ਐਤਕੀ ਕਣਕ ਦਾ ਰੁੱਖ ਮੈਨੂੰ ਲੱਗਦਾ ਬਹੁਤ ਵਧੀਆ ਵਾ ਜੇ ਸੱਚੇ ਪਾਤਸ਼ਾਹ ਸੁੱਖ ਰੱਖੇ ਤੇ ਝਾੜ ਕਿਤੇ ਨਿਕਲੇ ਨਾ ਆਪਣਾ ਹਾਏ 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 ਸੱਠ ਸੱਤਰ ਕੁਇੰਟਲ ਦੇ ਨੇੜ ਤੇੜ ਤਾਂ ਸਵਾਦ ਆਜੂ ਨਾਲੇ ਮੈਂ ਕਰਜ਼ੇ ਲਾਊ ਤੇ ਨਾਲੇ ਤੈਨੂੰ ਲੈ ਕੇ ਦਿਉ ਇੱਕ ਮੈਂ ਵਧੀਆ ਜਿਹਾ ਸੂਟ ਹਾਂ ਠੀਕ ਹੈ ਨਾ ਗੱਲ ਨਾਲੇ ਲਵਾਂਗੇ ਦੋ ਬਣਾਣਾ ਤੂੰ ਸਮਝਦੀ
ਵੀ ਬੁੱਧੂ ਸਿਆਣੇ ਹੋ ਗਏ ਜੱਟ ਬਿੱਲੋ ਇੱਕ ਪਿੱਛੇ ਤੋਂ ਬੰਨੇ ਖਰਚਾ ਆਉਂਦਾ ਘੱਟ ਬਿੱਲੋ ਇੱਕ ਪਿੱਛੇ ਤੋਂ ਬੰਨੇ ਖਰਚਾ ਆਉਂਦਾ ਘੱਟ ਬਿੱਲੋ ਰੱਬ ਯਾਦ ਨੀ ਰਹਿੰਦਾ ਨੀ ਰੱਬ ਯਾਦ ਨੀ ਰੱਬ ਯਾਦ ਨੀ ਰਹਿੰਦਾ ਬਹਿ ਕੇ ਸ਼ਾਮੀ ਮੰਜੀ ਤੇ ਬਚਦਾ ਬੁਝਦਾ ਕੁਝ ਨੀ ਜਦ ਕਦ ਕਰੀਏ ਲੇਖਾ ਨੀ ਉਂਝ ਤਰੀ ਗੱਲ ਸੱਚੀ ਹੈ ਤਾਂ ਇੱਕ ਭੁਲੇਖਾ ਨੀ ਬਚਦਾ ਬੁਝਦਾ ਕੁਝ ਨੀ ਜਦ ਕਦ ਕਰੀਏ ਲੇਖਾ ਨੀ ਮੱਖਣ ਬਰਾੜ ਤਾਂ ਹੀ ਮੱਖਣ ਬਰਾੜ ਤਾਂਹੀਓ ਮੱਖਣ ਬਰਾੜ ਨੀ ਪੈਸੇ ਲਾਉਂਦਾ ਕੰਗੀ ਤੇ ਵੇਖੀ ਤੇਰੀ ਸੈਲਫੀ ਖੜੇ ਦੀ ਵੱਟ ਤੇ ਆ ਗਿਆ ਕੁੜੀ ਦਾ ਦਿਲ ਦੇਸੀ ਜੱਟ ਕਿਉਂਕਿ ਸੈਲਫੀ ਤੁਸੀਂ ਜਾਣਦੇ ਹੋ ਪੜ੍ਹੇ ਲਿਖੇ ਹੋ ਸਾਰੇ ਬੜਾ ਰੁਝਾਨ ਆ ਸੈਲਫੀਆਂ ਦਾ ਬਾਈ ਕਹਿੰਦਾ ਤੂੰ ਵੀ ਜੋ ਗਰੁੱਪ ਪਿੱਕ ਪਾਈ ਸੋਹਣੀ ਇਹਦੀ ਜੱਟ ਨੂੰ ਵੀ ਕਰ ਗਈ ਸੁਦਾਈ ਸੋਹਣੀ ਬਹੁਤ ਪਿਆਰੇ ਸੌਂਗ ਤੇ ਨਜ਼ਰ ਕਰਨ ਜਾ ਰਹੇ ਹਾਂ ਹਾਂਜੀ
ਵੀ ਜੋ ਕੋ ਰੂਪ ਪਿਕ ਪਾਈ ਸੋਣੀਏ ਨੀ ਤੂੰ ਵੀ ਜੋ ਕੋ ਰੂਪ ਪਿਕ ਤੂੰ ਵੀ ਜੋ ਕੋ ਰੂਪ ਪਿਕ ਪਾਈ ਸੋਣੀਏ ਨੀ ਤੂੰ ਵੀ ਜੋ ਕੋ ਰੂਪ ਪਿਕ ਤੂੰ ਵੀ ਜੋ ਕੋ ਰੂਪ ਪਿਕ ਪਾਈ ਸੋਣੀਏ ਨੀ ਜੱਟ ਨੂੰ ਵੀ ਕਰਗੀ ਜੱਟ ਨੂੰ ਵੀ ਕਰਗੀ ਸ਼ੁਦਾਈ ਜੱਟ ਨੂੰ ਵੀ ਕਰਗੀ ਸ਼ੁਦਾਈ ਜੱਟ ਨੂੰ ਵੀ ਕਰਗੀ ਸ਼ੁਦਾਈ ਸੋਹਣੀਏ ਖੜੀ ਸੋਹਣੀ
ਟੱਕੇ ਸਭ ਤੋਂ ਨੀ ਰਜਮਾ ਹੁਸਨ ਲੈ ਲਿਆ ਤੂੰ ਰੱਬ ਤੋਂ 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 ਬਿੱਲ ਬਹਿ ਕੇ ਲੱਗਦਾ ਬਣਾਈ ਸੋਹਣੀਏ ਨੀ ਬਿੱਲ ਬਹਿ ਕੇ ਲੱਗਦਾ ਲੱਗਦਾ ਬਣਾਈ ਸੋਹਣੀਏ ਲੱਗਦਾ ਬਣਾਈ ਸੋਹਣੀਏ ਨੀ ਤੂੰ ਜੱਟ ਨੂੰ ਵੀ ਕਰਦੀ ਜੱਟ ਨੂੰ ਵੀ ਕਰਦੀ ਸ਼ੁਦਾਈ ਸੋਹਣੀਏ ਜੱਟ ਨੂੰ ਵੀ ਕਰਦੀ ਸ਼ੁਦਾਈ ਸੋਹਣੀਏ ਜੱਟ ਨੂੰ ਵੀ ਕਰਦੀ ਸ਼ੁਦਾਈ ਸੋਹਣੀਏ